ਅਤੇ ਪਰ ਮੈਨੂੰ ਲੱਗਦਾ ਵੀ ਉਹ ਸ਼ਾਇਦ 30 ਸਾਲ ਪਹਿਲਾਂ ਫਿਲਮ ਬਣੀ ਸੀਗੀ, ਉਹ ਡੈਫੀਨੇਟਲੀ ਉਦੋਂ ਕਿ ਮੈਨੂੰ ਪਰਸਨਲੀ ਮਤਲਬ ਬਹੁਤ ਸਵਾਦ ਆਇਆ। ਨਹੀਂ, ਮੈਨੂੰ ਲੱਗਦਾ ਵੀ ਇੱਕ ਐਕਟਰ ਨੂੰ ਹਰ ਚੀਜ਼ ਟਰਾਈ ਕਰਨੀ ਚਾਹੀਦੀ ਹੈ, ਪਰ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਇਹ ਹਿਸਟੋਰੀਕਲ ਫਿਲਮ ਹੈ ਅਤੇ ਮੈਨੂੰ ਪੂਰੀ ਉਮੀਦ ਆ। ਅਤੇ ਉਹਦੇ ਨਾਲ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹ ਪਰਟੀਕੁਲਰ ਦਾ ਕਿਸੇ ਨੇ ਕਿਰਦਾਰ ਕੀਤਾ ਅਤੇ ਲੋਕਾਂ ਨੇ ਉਹਨੂੰ ਪਸੰਦ ਕਰ ਲਿਆ ਅਤੇ ਉਹਦੇ 'ਚ ਵੇਖਣਾ ਚਾਹੁੰਦੇ ਨੇ, ਇਹ ਮੈਨੂੰ ਲੱਗਦਾ ਗਲਤ ਭਾਵਨਾ। ਪੰਜਾਬੀ ਫਰੰਟ ਦੇਖ ਰਹੇ ਹੋ ਤੁਸੀਂ ਸਿਮਰਨ ਦੇ ਸਾਈਡ। ਵੈਲ, ਅੱਜ ਅਸੀਂ ਪਹੁੰਚੇ ਸੀਗੇ ਜਿਉਣਾ ਮੋੜ ਮੂਵੀ ਦੇ ਟ੍ਰੇਲਰ ਲਾਂਚ ਦੇ ਉੱਤੇ, ਔਰ ਮੇਰੇ ਨਾਲ ਜੋ ਪਰਸਨੈਲਿਟੀ ਹੈ ਮੈਂ ਇੱਕ ਵਾਰ ਫਿਰ ਤੋਂ ਕਹਿਣਾ ਚਾਹਾਂਗੀ ਕਿ ਮੂਵੀ ਦੇ ਵਿੱਚ ਜਦੋਂ ਹੁੰਦੇ ਨੇ ਨਾ ਤਾਂ ਇੰਨੀ ਘੈਂਟ ਪਰਸਨੈਲਿਟੀ ਇਹਨਾਂ ਦੀ ਹੈ, ਇੰਨੀਆਂ ਕਮਾਲ ਦੀਆਂ ਐਕਟਿੰਗ ਸਕਿੱਲਸ ਨੇ ਕਿ ਮੂਵੀ ਦਾ ਪੂਰਾ ਫੋਕਸ ਇਹਨਾਂ ਦੇ ਉੱਤੇ ਸ਼ਿਫਟ ਹੋ ਜਾਂਦਾ ਹੈ। ਵਿਕਰਮਜੀਤ ਹੋਏ ਵੀ, ਸਤਿ ਸ਼੍ਰੀ ਅਕਾਲ ਸਰ, ਕਿਵੇਂ? ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਹਾਡਾ ਇੰਨੇ ਸੋਹਣੇ ਤਰੀਕੇ ਨਾਲ ਇੰਟਰੋਡਿਊਸ ਕਰਨ ਲਈ। ਨਹੀਂ, ਸੀਰੀਅਸਲੀ ਤੁਸੀਂ ਜੇਕਰ ਮੈਂ ਤੁਹਾਡੀ ਲੁੱਕ ਦੀ ਗੱਲ ਕਰਾਂ ਨਾ, ਬਹੁਤ ਹੀ ਸੋਹਣੀ ਲੱਗ ਰਹੀ ਹੈ। ਬਹੁਤ ਬਹੁਤ ਧੰਨਵਾਦ, ਸ਼ੁਕਰਗੁਜ਼ਾਰ। ਸਰ, ਪਹਿਲਾਂ ਮੇਰਾ ਬਾਬਾ ਨਾਨਕ ਹੈ ਨਾ, ਉਸ ਤੋਂ ਬਾਅਦ ਹੁਣ ਮੌੜ। ਮੈਨੂੰ ਲੱਗਦਾ ਮੈਂ ਹੋਰ ਵੀ 2-3 ਟ੍ਰੇਲਰ ਦੇਖ ਰੱਖੀ ਜਿਹਦੇ ਵਿੱਚ ਤੁਸੀਂ ਹੋ, ਮਤਲਬ ਬੈਕ ਟੂ ਬੈਕ ਫਿਲਮਾਂ ਹੈ ਨਾ, ਬੈਕ ਟੂ ਬੈਕ ਫਿਲਮਾਂ ਤੁਸੀਂ ਕਰ ਰਹੇ ਹੋ, ਆਡੀਅੰਸ ਦਾ ਰਿਸਪੋਂਸ ਕਿੱਦਾਂ ਦਾ ਆ ਰਿਹਾ ਤੁਹਾਨੂੰ, ਔਰ ਪਰਸਨਲੀ ਕਿੱਦਾਂ ਦਾ ਸ਼ਡਿਊਲ ਚੱਲ ਰਿਹਾ ਫਿਲਮਾਂ ਨੂੰ ਲੈ ਕੇ? ਸ਼ਡਿਊਲ ਥੋੜ੍ਹਾ ਜਿਹਾ ਬਿਜ਼ੀ ਚੱਲ ਰਿਹਾ, ਮਤਲਬ ਮੈਂ ਇੰਨੀਆਂ ਫਿਲਮਾਂ ਕਰਨ ਦਾ ਆਦੀ ਹੈ ਨਹੀਂ, ਔਰ ਮੈਂ ਬਹੁਤ ਜ਼ਿਆਦਾ ਇਕੱਠੀਆਂ ਫਿਲਮਾਂ ਕਰਨਾ ਵੀ ਨਹੀਂ ਚਾਹੁੰਦਾ। ਹਾਂਜੀ, ਐਕਚੁਲੀ ਉਹ ਪਹਿਲਾਂ ਸ਼ੂਟ ਹੋਈ ਹੋਈ ਸੀ, ਮੇਰਾ ਬਾਬਾ ਨਾਨਕ ਲਾਸਟ ਈਅਰ ਮਈ 'ਚ ਸ਼ੂਟ ਹੋਈ ਸੀਗੀ, ਅਤੇ ਮੌੜ ਦਸੰਬਰ ਜਨਵਰੀ ਸ਼ੂਟ ਕੀਤੀ ਆਪਾਂ। ਸੋ ਇਹ ਉਹ ਪਹਿਲਾਂ ਜਿਹੜੀਆਂ ਸੀਗੀਆਂ ਉਹ ਥੋੜ੍ਹੀਆਂ ਡਿਲੇ ਸੀਗੀਆਂ, ਨਿਡਰ ਥੋੜ੍ਹੀ ਜ਼ਿਆਦਾ ਡਿਲੇ ਸੀਗੀ। ਉਸ ਤੋਂ ਪਹਿਲਾਂ ਇੱਕ ਤੇਲਗੂ ਫਿਲਮ ਸੀ ਮੇਰੀ ਪੁਰਾਣੀ, ਉਹ ਵੀ 2 ਸਾਲ ਪਹਿਲਾਂ ਤੋਂ ਚੱਲ ਰਹੀ ਸੀ, ਉਹ 28 ਅਪ੍ਰੈਲ ਨੂੰ ਰਿਲੀਜ਼ ਹੋਈ ਏਜੰਟ ਕਰਕੇ। ਸੋ ਮਤਲਬ ਹਾਂ, ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਟਾਈਮ ਵਿੱਚ ਹੋਣਾ ਚਾਹੀਦਾ ਹੈ ਫਿਲਮ ਦੇ ਰਿਲੀਜ਼ 'ਚ, ਨਹੀਂ ਤਾਂ ਬੰਦਾ ਬੌਂਦਲ ਜਿਹਾ ਜਾਂਦਾ। ਬਟ ਸੇਮ ਟਾਈਮ ਇਟਸ ਯੂ ਫੀਲ ਗੁੱਡ, ਯੂ ਆਰ ਆਲਵੇਜ਼ ਯੂ ਨੋ ਐਕਸਾਈਟਡ ਅਬਾਊਟ ਸਮਥਿੰਗ ਨਿਊ ਇਜ਼ ਕਮਿੰਗ। ਸਰ, ਮੌੜ ਜੇਕਰ ਮੈਂ ਗੱਲ ਕਰਾਂ ਜਿਉਣਾ ਮੌੜ ਦੀ, ਹੈ ਨਾ, ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਕਿ ਬਾਇਓਪਿਕ ਹੀ ਬਣ ਰਹੀ ਹੈ। ਇਸ ਤੋਂ ਪਹਿਲਾਂ ਵੀ ਇਸ ਉੱਤੇ ਮੂਵੀ ਜਿਹੜੀ ਹੈ ਬਣ ਚੁੱਕੀ ਹੈ, ਫਿਰ ਹੁਣ ਡਿਫਰੈਂਟ ਸਟਾਰਕਾਸਟ ਦੇ ਨਾਲ ਜਿਹੜੀ ਹੈ ਲੋਕਾਂ ਦੇ ਸਾਹਮਣੇ ਆਈ। ਤੁਸੀਂ ਕਿੰਨੀਆਂ ਕੁ ਸਟੋਰੀਜ਼ ਉਹਨਾਂ ਬਾਰੇ ਸੁਣੀਆਂ ਹੋਈਆਂ ਸੀ? ਕਿ ਤੁਸੀਂ ਪਹਿਲਾਂ ਮੂਵੀ ਦੇਖੀ ਹੋਈ ਹੈ ਜੋ ਇਹਦੇ ਉੱਤੇ ਬਣੀ ਹੋਈ ਹੈ? ਨਹੀਂ, ਮੈਨੂੰ ਵੇਖਣ ਦਾ ਮੌਕਾ ਨਹੀਂ ਮਿਲਿਆ ਜੀ। ਮੈਂ ਸ਼ਾਇਦ ਕੋਈ 10-15 ਮਿੰਟ ਦਾ ਕੋਈ ਸੀਨ ਵੇਖਿਆ ਹੋਏਗਾ, ਬਟ ਮੈਨੂੰ ਮੌਕਾ ਨਹੀਂ ਮਿਲਿਆ। ਅਤੇ ਪਰ ਮੈਨੂੰ ਲੱਗਦਾ ਵੀ ਉਹ ਸ਼ਾਇਦ 30 ਸਾਲ ਪਹਿਲਾਂ ਫਿਲਮ ਬਣੀ ਸੀਗੀ, ਉਹ ਡੈਫੀਨੇਟਲੀ ਉਦੋਂ ਆਪਣਾ ਜਿਹੜਾ ਫਿਲਮ ਬਣਾਉਣ ਦੇ ਜੋ ਵੀ ਤਰੀਕੇ ਯੂਜ਼ ਹੁੰਦੇ ਨੇ, ਇਕਿਪਮੈਂਟ ਵਗੈਰਾ ਵੱਖਰੇ ਸੀਗੇ, ਵਿਜ਼ਨ ਹਰ ਡਾਇਰੈਕਟਰ ਦਾ ਵੱਖਰਾ ਹੁੰਦਾ। ਹੁਣ ਜਿਹੜਾ ਫਿਲਮ ਬਣਾਉਣ ਦਾ ਤਰੀਕਾ, 30 ਸਾਲ ਬਾਅਦ ਬਹੁਤ ਵੱਡਾ ਚੇਂਜ ਹੈ, ਹੈ ਨਾ। ਹੁਣ ਹਰ ਚੀਜ਼ ਬਹੁਤ ਐਡਵਾਂਸ ਅਵੇਲੇਬਲ ਹੈ ਨਾ, ਅਤੇ ਫਿਰ ਸਾਡੇ ਡਾਇਰੈਕਟਰ ਸਾਹਿਬ ਜਤਿੰਦਰ ਮੋਹਰ ਜੀ ਦਾ ਵਿਜ਼ਨ ਜਿਹੜਾ ਉਹ ਬਹੁਤ ਵੱਖਰਾ, ਅਤੇ ਉਹ ਬਹੁਤ ਰਿਐਲਿਟੀ ਦੇ ਨੇੜੇ ਫਿਲਮਾਂ ਬਣਾਉਂਦੇ ਨੇ, ਹੈ ਨਾ, ਜੋ ਕਿ ਮੈਨੂੰ ਪਰਸਨਲੀ ਬਹੁਤ ਪਸੰਦ ਆ। ਅਤੇ ਇਹ ਵੀ ਫਿਲਮ ਜਿਹੜੀ ਉਹਨਾਂ ਜਿਸ ਢੰਗ ਨਾਲ ਲਿਖੀ ਹੈ, ਬੁਣੀ ਹੈ, ਅਤੇ ਸਪੈਸ਼ਲੀ ਮੇਰਾ ਕਿਰਦਾਰ ਜਿਹੜਾ ਡੋਗਰ ਦਾ ਕਿਰਦਾਰ ਉਹਨਾਂ ਨੇ ਲਿਖਿਆ, ਮੈਨੂੰ ਪਰਸਨਲੀ ਬਹੁਤ ਪਸੰਦ ਆਇਆ, ਹੈ ਨਾ। ਜਿੱਦਾਂ ਕਈ ਵਾਰੀ ਹੁੰਦਾ ਕਿ ਤੁਹਾਨੂੰ ਕਿਰਦਾਰ ਜੋ ਸੁਣਾਇਆ ਜਾਂਦਾ ਉਹ ਮੌਕੇ 'ਤੇ ਜਾ ਕੇ ਚੇਂਜ ਹੋ ਜਾਂਦਾ, ਹੈ ਨਾ, ਜਿਹੜੇ ਸੀਨ ਹੁੰਦੇ ਨੇ ਉਹ ਚੇਂਜ ਹੋ ਕੇ ਕੁਝ ਹੋਰ ਹੋ ਜਾਂਦੇ ਨੇ। ਬਟ ਆਈ ਐਮ ਬਲੈਸਡ, ਮਤਲਬ ਥੈਂਕ ਗੋਡ ਕਹੂੰਗਾ ਕਿ ਇਸ ਫਿਲਮ 'ਚ ਜੋ ਜਿਵੇਂ ਦੱਸਿਆ ਗਿਆ ਸੀ ਉਵੇਂ ਹੀ ਹੋਇਆ। ਅਤੇ ਮੈਨੂੰ ਇਸ ਫਿਲਮ 'ਚ ਕੰਮ ਕਰਕੇ, ਡੋਗਰ ਦਾ ਰੋਲ ਪਲੇ ਕਰਕੇ, ਔਰ ਇੰਨੇ ਵੱਖਰੇ ਢੰਗ ਨਾਲ ਇਹ ਰੋਲ ਕੀਤਾ ਗਿਆ ਕਿ ਲਿਖਿਆ ਗਿਆ ਸੀ ਔਰ ਫਿਲਮਾਇਆ ਵੀ ਗਿਆ, ਕਿ ਮੈਨੂੰ ਪਰਸਨਲੀ ਮਤਲਬ ਬਹੁਤ ਸਵਾਦ ਆਇਆ ਰੋਲ ਕਰਕੇ। ਬਿਲਕੁਲ, ਮੈਂ ਇਹ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿਉਂਕਿ ਜੇਕਰ ਕਿਸੇ ਨੂੰ ਪਤਾ ਵੀ ਹੋਏਗਾ ਨਾ ਬਹੁਤ ਜ਼ਿਆਦਾ, ਲਾਈਕ ਜਿਹੜੇ ਲੋਕ ਪੰਜਾਬ 'ਚ ਨਹੀਂ ਹੈਗੇ ਉਹਨਾਂ ਨੂੰ ਜਿਉਣਾ ਮੋੜ ਬਾਰੇ ਪਤਾ ਹੈ, ਕਿਸ਼ਨਾ ਮੋੜ ਬਾਰੇ ਪਤਾ ਹੈ, ਬਟ ਡੋਗਰ ਦਾ ਜੋ ਕਿਰਦਾਰ ਹੈ, ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋਗੇ। ਮੈਂ ਬਹੁਤਾ ਜ਼ਿਆਦਾ ਤਾਂ ਨਹੀਂ ਦੱਸ ਪਾਊਂਗਾ, ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਫਿਲਮ ਦੀ ਕਹਾਣੀ ਹੈ, ਮੇਨ ਕਹਾਣੀ ਹੈ, ਡੋਗਰ ਅਤੇ ਕਿਸ਼ਨਾ ਦੋ ਯਾਰ ਸੀਗੇ, ਹੈ ਨਾ, ਬਟ ਕਿਸੇ ਕਾਰਨ ਕਰਕੇ ਇਹਨਾਂ ਦੇ ਵਿੱਚ ਮਤਲਬ ਜੋ ਜਿਹੜੀ ਯਾਰੀ ਸੀ ਉਹ ਖਤਮ ਹੋ ਜਾਂਦੀ ਹੈ, ਅਤੇ ਕਿਸ਼ਨੇ ਨੂੰ ਜੇਲ੍ਹ ਜਾਣਾ ਪੈ ਜਾਂਦਾ, ਹੈ ਨਾ। ਉਹ ਇੱਕ ਸਿਚੁਏਸ਼ਨ ਹੁੰਦੀ ਹੈ, ਉਹ ਕਾਰਨ ਹੁੰਦਾ ਹੈ ਨਾ, ਜੋ ਵੀ ਬਣਦਾ। ਅਤੇ ਫਿਰ ਉਹ ਜਿਹੜਾ ਛੋਟਾ ਭਰਾ ਹੁੰਦਾ ਕਿਸ਼ਨੇ ਦਾ ਜੌਣਾ, ਉਹ ਕਿਤੇ ਨਾ ਕਿਤੇ ਡੋਗਰ ਤੋਂ ਬਦਲਾ ਲੈਣਾ ਚਾਹੁੰਦਾ ਇਸ ਚੀਜ਼ ਦਾ, ਵੀ ਇਹਦੀ ਵਜ੍ਹਾ ਕਰਕੇ ਮੇਰਾ ਭਰਾ ਜਿਹੜਾ ਜੇਲ੍ਹ 'ਚ ਗਿਆ, ਹੈ ਨਾ, ਅਤੇ ਉਹ ਬਦਲਾ ਲੈਣਾ ਚਾਹੁੰਦਾ। ਇਹ ਮੇਨ ਮਤਲਬ ਜਿਹੜੀ ਮੋਟੀ ਮੋਟੀ ਕਹਾਣੀ ਆਪਾਂ ਕਹੀਏ ਇਹ ਹੈ। ਫਿਰ ਉਹਦੇ ਨਾਲ ਹੋਰ ਕੀ ਇੰਸੀਡੈਂਟ ਹੁੰਦੇ ਆ, ਕਿਵੇਂ ਕਿਵੇਂ ਕਿਹੜੀਆਂ ਚੀਜ਼ਾਂ ਜੁੜਦੀਆਂ ਨੇ, ਹੋਰ ਬੜੇ ਸਾਰੇ ਯੂ ਨੋ ਇੰਸੀਡੈਂਟ ਨੇ, ਕਿਰਦਾਰ ਨੇ, ਅਤੇ ਉਹ ਫਿਲਮ ਵੇਖੇ ਹੀ ਪਤਾ ਲੱਗੂਗਾ।
ਬਿਲਕੁਲ ਮੈਂ ਕਹਿਣਾ ਚਾਹਾਂਗੀ ਲਾਈਕ ਟ੍ਰੇਲਰ ਅੱਜ ਆਪਾਂ ਦੇਖਿਆ ਹੈ ਨਾ ਸੋ ਬਹੁਤ ਹੀ ਵਧੀਆ ਬਟ ਪਰਸਨਲੀ ਮੈਨੂੰ ਤੁਹਾਡੀ ਜੋ ਐਕਟਿੰਗ ਸਕਿੱਲਸ ਨੇ ਉਹ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਨੇ ਐਂਡ ਆਈ ਹੋਪ ਕਿ ਆਡੀਅੰਸ ਵੀ ਜਿਹੜਾ ਉਨਾ ਹੀ ਜ਼ਿਆਦਾ ਓਬਵੀਅਸਲੀ ਪਿਆਰ ਦਿੰਦੀ ਹੋਏਗੀ ਔਰ ਬੈਕ ਟੂ ਬੈਕ ਫਿਲਮਾਂ ਤਾਂ ਤੁਸੀਂ ਲੈ ਕੇ ਹੀ ਆ ਰਹੇ ਹੋ ਹੈ ਨਾ ਇੱਕ ਮੈਂ ਤੁਹਾਨੂੰ ਕੁਸ਼ਚਨ ਹੀ ਕਰਨਾ ਚਾਹਾਂਗੀ ਕਿ ਜਿੱਦਾਂ ਹੁਣ ਤੁਸੀਂ ਐਕਸ਼ਨ ਮੂਵੀਜ਼ ਦੇ ਵਿੱਚ ਹੈ ਨਾ ਮੋਸਟਲੀ ਮੈਂ ਤੁਹਾਨੂੰ ਦੇਖਿਆ ਹੈ ਹੁਣ ਤੱਕ ਮੇਰਾ ਬਾਬਾ ਨਾਨਕ ਡਿਫਰੈਂਟ ਸੀ ਬਟ ਉਹ ਕੈਰੈਕਟਰ ਜਿਹੜਾ ਕੁਛ ਨਾ ਕੁਛ ਉੱਦਾਂ ਦਾ ਸੀਗਾ ਹੈ ਨਾ ਸੋ ਤੁਹਾਨੂੰ ਕੀ ਲੱਗਦਾ ਸਰ ਕਿ ਲਾਈਕ ਇੱਕ ਐਕਟਰ ਜਿਹੜਾ ਹੁੰਦਾ ਆਡੀਅੰਸ ਉਹਨੂੰ ਜਿਸ ਰੂਪ 'ਚ ਦੇਖਣਾ ਪਸੰਦ ਕਰਦੀ ਹੈ ਨਾ ਕਿ ਉਹਨੂੰ ਉਹਦੇ ਤੋਂ ਅਲੱਗ ਕੁਛ ਇਹੋ ਜਿਹਾ ਟੇਸਟ ਟਰਾਈ ਕਰਨਾ ਚਾਹੀਦਾ ਕੁਛ ਬਿਲਕੁਲ ਹੀ ਅਲੱਗ ਕੀ ਹੁੰਦਾ ਉਸ ਟਾਈਮ ਐਕਟਰ ਦੇ ਮਨ ਦੇ ਵਿੱਚ ਕਿ ਮਤਲਬ ਮੈਂ ਕੋਈ ਰਿਸਕ ਲੈ ਰਿਹਾ ਵਾਂ ਪਤਾ ਨਹੀਂ ਆਡੀਅੰਸ ਦਾ ਕੀ ਰਿਐਕਸ਼ਨ ਹੋਏਗਾ ਇਸ ਚੀਜ਼ ਨੂੰ ਲੈ ਕੇ ਨਹੀਂ ਮੈਨੂੰ ਲੱਗਦਾ ਵੀ ਇੱਕ ਐਕਟਰ ਨੂੰ ਹਰ ਚੀਜ਼ ਟਰਾਈ ਕਰਨੀ ਚਾਹੀਦੀ ਹੈ ਮੈਨੂੰ ਪਰਸਨਲੀ ਲੱਗਦਾ ਕਿ ਜੇ ਮੈਂ ਐਜ਼ ਏ ਆਡੀਅੰਸ ਕਿਸੇ ਐਕਟਰ ਨੂੰ ਵੀ ਵੇਖਾਂ ਮੈਨੂੰ ਲੱਗਦਾ ਵੀ ਕੋਈ ਵੀ ਐਕਟਰ ਇੱਕ ਹੀ ਤਰ੍ਹਾਂ ਦੀ ਚੀਜ਼ ਕਿਉਂ ਕਰੀ ਜਾਂਦਾ ਹੈ ਨਾ ਐਕਟਰ ਤਾਂ ਹਰ ਤਰ੍ਹਾਂ ਦਾ ਰੋਲ ਕਰਨਾ ਚਾਹੀਦਾ ਐਕਟਰ ਨੂੰ ਅਤੇ ਮੈਨੂੰ ਪਰਸਨਲੀ ਇਹ ਵੀ ਲੱਗਦਾ ਕਿ ਮੈਂ ਵੀ ਕਰਾਂ ਅਤੇ ਮੈਂ ਕਰਦਾ ਵੀ ਹਾਂ ਅਤੇ ਜੇ ਤੁਸੀਂ ਹੁਣ ਗੱਲ ਕੀਤੀ ਨਿਡਰ ਦੀ ਹੁਣ ਨਿਡਰ ਵਿੱਚ ਵੀ ਉਹ ਸੇਮ ਤਰ੍ਹਾਂ ਦਾ ਰੋਲ ਸੀਗਾ ਉਹ ਪਾਕਿਸਤਾਨ ਦਾ ਹੁੰਦਾ ਮੁੰਡਾ ਪੰਜਾਬੀ ਬੋਲਦਾ ਹੈ ਨਾ ਉਹ ਜਹਾਦ ਲਈ ਲੜ ਰਿਹਾ ਹੁੰਦਾ ਆਪਣੇ ਅਤੇ ਡੋਗਰ ਜੇ ਵੀ ਤੁਸੀਂ ਵੇਖੋ ਗੈਟਅਪ ਬਹੁਤ ਮਿਲਦਾ ਆ ਬਟ ਤੁਸੀਂ ਜਦੋਂ ਉਹ ਰੋਲ ਵੇਖੋਗੇ ਇਹ ਰੋਲ ਵੇਖੋਗੇ ਤੁਹਾਨੂੰ ਜ਼ਮੀਨ ਆਸਮਾਨ ਦਾ ਫਰਕ ਲੱਗੂਗਾ ਦੋਵਾਂ 'ਚ ਹੈ ਨਾ ਸੋ ਬਹੁਤ ਛੋਟੀਆਂ ਛੋਟੀਆਂ ਬਰੀਕੀਆਂ ਹੁੰਦੀਆਂ ਜਿਨ੍ਹਾਂ 'ਤੇ ਐਜ਼ ਐਨ ਐਕਟਰ ਸਾਨੂੰ ਲੱਗਦਾ ਵੀ ਕੰਮ ਕਰਨਾ ਚਾਹੀਦਾ ਅਤੇ ਅਸੀਂ ਕਰਨੇ ਵੀ ਹਾਂ ਅਤੇ ਬਾਕੀ ਪਬਲਿਕ 'ਤੇ ਆ ਵੀ ਉਹ ਕਿੰਨਾ ਤੁਹਾਨੂੰ ਹੁੰਗਾਰਾ ਦਿੰਦੇ ਆ ਬਟ ਇੱਕ ਐਕਟਰ ਦਾ ਮੈਨੂੰ ਲੱਗਦਾ ਵੀ ਮੇਰਾ ਤਾਂ ਪਰਸਨਲੀ ਹੈ ਵੀ ਹਰ ਤਰ੍ਹਾਂ ਦਾ ਕਿਰਦਾਰ ਕਰਨਾ ਚਾਹੀਦਾ ਔਰ ਆਡੀਅੰਸ ਵੀ ਮੈਨੂੰ ਲੱਗਦਾ ਤੁਹਾਨੂੰ ਵੇਖਣਾ ਚਾਹੁੰਦੀ ਹੈ ਡਿਫਰੈਂਟ ਕਿਰਦਾਰਾਂ 'ਚ ਕੋਈ ਵੀ ਐਵੇਂ ਦਾ ਸੈੱਟ ਪੈਟਰਨ ਜਾਂ ਸੈੱਟ ਇੱਕ ਤਰ੍ਹਾਂ ਦਾ ਡਾਇਲੋਗ ਜਾਂ ਇੱਕ ਤਰ੍ਹਾਂ ਦੇ ਫਿਲਮਾਂ ਜਾਂ ਇੱਕ ਤਰ੍ਹਾਂ ਦੀਆਂ ਕਹਾਣੀਆਂ ਆਈ ਥਿੰਕ ਐਵਰੀਬਡੀ ਵਾਂਟਸ ਟੂ ਸੀ ਯੂ ਇਨ ਅ ਡਿਫਰੈਂਟ ਜੋਨਰ ਹੈ ਨਾ ਸਾਰੀ ਤਰ੍ਹਾਂ ਦੇ ਮਤਲਬ ਐਕਸ਼ਨ ਵੀ ਕਾਮੇਡੀ ਵੀ ਫੈਮਿਲੀ ਡਰਾਮਾ ਵੀ ਹਿਸਟੋਰੀਕਲ ਵੀ ਹੈ ਨਾ ਬਹੁਤ ਸਾਰੀਆਂ ਚੀਜ਼ਾਂ ਨੇ ਸਾਰਿਆਂ ਨੂੰ ਸਾਰਾ ਕੁਛ ਟਰਾਈ ਕਰਨਾ ਚਾਹੀਦਾ ਤੋ ਇੱਕ ਚੀਜ਼ ਵਰਕ ਕਰ ਜੇ ਉਹ ਵਰਕ ਤਾਂ ਕਰਦੀ ਹੈ ਕਿਉਂਕਿ ਉਹ ਵਧੀਆ ਬਣ ਜਾਂਦੀ ਹੈ ਨਾ ਉਹਦੀ ਜਿਹੜੀ ਕਹਾਣੀ ਸੋਹਣੀ ਲਿਖੀ ਹੁੰਦੀ ਆ ਉਹਦੇ ਡਾਇਰੈਕਟਰ ਸਾਹਿਬ ਨੇ ਚੰਗੀ ਤਰ੍ਹਾਂ ਡਾਇਰੈਕਟ ਕੀਤੀ ਹੁੰਦੀ ਤਾਂ ਉਹ ਫਿਲਮ ਚੱਲ ਜਾਂਦੀ ਹੈ ਨਾ ਅਤੇ ਉਹਦੇ ਨਾਲ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹ ਪਰਟੀਕੁਲਰ ਦਾ ਕਿਸੇ ਨੇ ਕਿਰਦਾਰ ਕੀਤਾ ਅਤੇ ਲੋਕਾਂ ਨੇ ਉਹਨੂੰ ਪਸੰਦ ਕਰ ਲਿਆ ਅਤੇ ਉਹਦੇ 'ਚ ਵੇਖਣਾ ਚਾਹੁੰਦੇ ਨੇ ਇਹ ਮੈਨੂੰ ਲੱਗਦਾ ਗਲਤ ਭਾਵਨਾ ਲੋਕ ਐਕਟਰਾਂ ਨੂੰ ਹਰ ਇੱਕ ਤਰ੍ਹਾਂ ਦੇ ਕਿਰਦਾਰ 'ਚ ਵੇਖਣਾ ਚਾਹੁੰਦੇ ਨੇ ਅਤੇ ਐਕਟਰਾਂ ਨੂੰ ਕਰਨੇ ਵੀ ਚਾਹੀਦੇ ਨੇ ਵੱਖਰੇ ਅਟੈਂਪਟ ਜਿਵੇਂ ਐਮੀ ਦੀ ਜੇਕਰ ਮੈਂ ਗੱਲ ਕਰਾਂ ਹੈ ਨਾ ਉਹਨਾਂ ਨੇ ਵੀ ਇਹਦੇ ਵਿੱਚ ਮਤਲਬ ਇਸ ਮੂਵੀ ਦੇ ਰਾਹੀਂ ਉਹਨਾਂ ਨੇ ਕੁਛ ਬਹੁਤ ਹੀ ਵੱਖਰਾ ਟਰਾਈ ਕੀਤਾ ਪਹਿਲਾਂ ਸੀ ਉਹਨਾਂ ਨੂੰ ਕੌਮੇਡੀ ਰੋਮੈਂਟਿਕ ਮੂਵੀਜ਼ ਦੇ ਵਿੱਚ ਹੀ ਦੇਖਿਆ ਹੈ ਨਾ ਤੁਸੀਂ ਵੀ ਵੇਖਿਆ ਹੋਏਗਾ ਸੋ ਤੁਹਾਨੂੰ ਕਿੱਦਾਂ ਦਾ ਲੱਗਾ ਪਰਸਨਲੀ ਉਹਨਾਂ ਨੂੰ ਦੇਖਿਆ ਕਿਉਂਕਿ ਉਹਨਾਂ ਨੇ ਬਿਲਕੁਲ ਡਿਫਰੈਂਟ ਜਿਹਾ ਕਿਰਦਾਰ ਚੁਣਿਆ ਇਸ ਮੂਵੀ ਦੇ ਨਹੀਂ ਨੋ ਡਾਊਟ ਉਹ ਕੌਮੇਡੀ ਫਿਲਮਾਂ 'ਚ ਪਹਿਲਾਂ ਆਉਂਦੇ ਨੇ ਉਹ ਬਹੁਤ ਸੋਹਣੀ ਕੌਮੇਡੀ ਟਾਈਮਿੰਗ ਹੈ ਉਹਨਾਂ ਦੀ ਹੈ ਨਾ ਬਹੁਤ ਵਧੀਆ ਲੋਕ ਇੰਜੋਏ ਕਰਦੇ ਆ ਬਟ ਇਹ ਮੈਂ ਕਹਾਂਗਾ ਕਿ ਉਹਨਾਂ ਲਈ ਇੱਕ ਬਹੁਤ ਵੱਡਾ ਮੀਲ ਪੱਥਰ ਸਾਬਤ ਹੋਏਗੀ ਇਹ ਫਿਲਮ ਹੈ ਨਾ ਕਿਉਂਕਿ ਇਹ ਜਿਹੜਾ ਕਿਰਦਾਰ ਹੈ ਬਹੁਤ ਹੀ ਵੱਖਰਾ ਕਿਰਦਾਰ ਹੈ ਬਹੁਤ ਜੋਸ਼ੀਲਾ ਬਹੁਤ ਜਜ਼ਬੇ ਭਰਿਆ ਕਿਰਦਾਰ ਹੈ ਔਰ ਐਵੇਂ ਦੇ ਜਦੋਂ ਤੁਸੀਂ ਕਿਰਦਾਰ ਕਰਦੇ ਹੋ ਤੁਹਾਡੀ ਐਜ਼ ਐਨ ਐਕਟਰ ਬਹੁਤ ਜ਼ਿਆਦਾ ਐਨਰਜੀ ਲੱਗਦੀ ਹੈ ਤੁਹਾਡਾ ਬਹੁਤ ਫੋਕਸ ਵਿਖਾਉਣਾ ਪੈਂਦਾ ਹੈ ਨਾ ਅਤੇ ਐਂਡ ਹੀ ਹੈਜ਼ ਡਨ ਇਜ਼ ਬੈਸਟ ਅਤੇ ਆਈ ਐਮ ਸ਼ੋਰ ਕਿ ਪੀਪਲ ਵਿਲ ਐਪਰੀਸ਼ੀਏਟ ਇਟ ਪੀਪਲ ਵਿਲ ਲਾਈਕ ਹਿਮ ਆਉਣ ਵਾਲੇ ਪ੍ਰੋਜੈਕਟਸ ਦੇ ਵਿੱਚ ਫਿਰ ਅਸੀਂ ਮਤਲਬ ਕਹਿ ਸਕਦੇ ਹਾਂ ਕਿ ਤੁਹਾਨੂੰ ਵੀ ਕੁਛ ਕਿਸੇ ਵੱਖਰੇ ਟੇਸਟ ਦੇ ਵਿੱਚ ਅਸੀਂ ਦੇਖਾਂਗੇ ਕਿੰਨੀ ਕੁ ਜਲਦੀ ਪੋਸੀਬਲ ਹੈ ਜੀ ਜ਼ਰੂਰ ਵੇਖੋਗੇ ਮੇਰੀਆਂ ਇੱਕ ਦੋ ਹੋਰ ਫਿਲਮਾਂ ਆਉਣ ਵਾਲੀਆਂ ਨੇ ਮੈਂ ਇੱਕ ਵੈਬ ਸੀਰੀਜ਼ ਹੁਣੇ ਕੰਪਲੀਟ ਕੀਤੀ ਹੈ ਹੌਟ ਸਟਾਰ 'ਤੇ ਉਹਦਾ ਨਾਂ ਕਰਮਾ ਕਾਲਿੰਗ ਉਹ ਬਿਲਕੁਲ ਵੱਖਰਾ ਕਿਰਦਾਰ ਉਹਦੇ 'ਚ ਅਤੇ ਤੇਲਗੂ ਫਿਲਮ ਆਉਣ ਵਾਲੀਆਂ ਨੇ ਦੋ ਬਾਕੀ ਮੌੜ ਆ ਰਹੀ ਆ ਅਤੇ ਮੈਂ ਚਾਹੁੰਦਾ ਕਿ 9 ਜੂਨ ਨੂੰ ਫਿਲਮ ਰਿਲੀਜ਼ ਆ ਸਾਡੀ ਅਤੇ ਸਾਰੇ ਜਾ ਕੇ ਫਿਲਮ ਵੇਖੋ ਬਹੁਤ ਸੋਹਣੀ ਫਿਲਮ ਹੈ ਬਹੁਤ ਲਾਰਜਰ ਦੈਨ ਲਾਈਫ ਸਿਨੇਮਾ ਦੀ ਆਪਾਂ ਗੱਲ ਕਰੀਏ ਅਤੇ ਔਰ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਇਹ ਹਿਸਟੋਰੀਕਲ ਫਿਲਮ ਹੈ ਅਤੇ ਮੈਨੂੰ ਪੂਰੀ ਉਮੀਦ ਆ ਕਿ ਇਹ ਫਿਲਮ ਆਪਣੇ ਆਪ 'ਚ ਇੱਕ ਹਿਸਟਰੀ ਕ੍ਰੀਏਟ ਵੀ ਕਰੂਗੀ ਹੈ ਨਾ ਅਤੇ ਮੈਨੂੰ ਬਹੁਤ ਜੈਨੂਨਲੀ ਬਹੁਤ ਸਵਾਦ ਆਇਆ ਇਸ ਫਿਲਮ 'ਚ ਕੰਮ ਕਰਕੇ ਅਤੇ ਸਾਡੇ ਡਾਇਰੈਕਟਰ ਜਤਿੰਦਰ ਮੌਹਰ ਨਾਲ ਕੰਮ ਕਰਕੇ ਅਤੇ ਮਤਲਬ ਸਾਰਿਆਂ ਨਾਲ ਦੇਵ ਖਰੌੜ ਬਾਈ ਨਾਲ ਕੰਮ ਕਰਕੇ ਇਜ਼ ਟੂ ਕੂਲ ਟੂ ਬੀ ਹੈ ਨਾ ਐਵਰੀਬਡੀ ਵਾਜ਼ ਸੋ ਨਾਈਸ ਸਪੈਸ਼ਲੀ ਕਾਰਜ ਗਿੱਲ ਭਾਈ ਦਾ ਜਿਹੜਾ ਐਟੀਟਿਊਡ ਸੀਗਾ ਮਤਲਬ ਹੀ ਸੋ ਕਾਮ ਐਂਡ ਕੰਪੋਜ਼ ਮਤਲਬ ਹੀ ਕੋਈ ਵੀ ਮਤਲਬ ਸਿਚੁਏਸ਼ਨ ਆ ਜਾਵੇ ਕੋਈ ਵੀ ਪ੍ਰੋਬਲਮ ਆ ਜਾਵੇ ਉਹ ਆਪਣਾ ਮਤਲਬ ਜਿਹੜਾ ਪੇਸ਼ੈਂਸ ਹੈ ਨਾ ਉਹ ਨਹੀਂ ਗਵਾਉਂਦਾ ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਹੋਗਾ ਠੀਕ ਆ ਠੀਕ ਹੋ ਜਾਏਗਾ ਟੈਨਸ਼ਨ ਨਹੀਂ ਉਹ ਚੀਜ਼ ਮੈਨੂੰ ਬੜੀ ਘੈਂਟ ਲੱਗੀ ਉਹਨਾਂ ਦੀ ਹੈ ਨਾ ਮੈਨੂੰ ਮੈਨੂੰ ਬਹੁਤ ਵੱਡੀ ਸਿੱਖ ਮਿਲੀ ਆ ਅਤੇ ਮੈਨੂੰ ਲੱਗਦਾ ਵੀ ਮੈਂ
मैं बहुत क्लोजली इस चीज़ में ऑब्जर्व करके तो मैं अपने आप से लागू मतलब करने की कोशिश कर रहा भी जिंदगी कोई भी दुख थोड़े आता या कोई भी तुम गो थ्रू करते हो ना बहुत सारिया चीज़ा साढ़े अकॉर्डिंग नहीं होंगे कई बार अगे पिछे हो जाए तो जे अपना आपा ना खुआ है ना गवा के आप स्टेबल रहीए पेशेंस अपना कंट्रोल च रखिए तो मैं लगता भी चीज़ा होर वधिया होंदिया ने जिंदगी जी होर घेंट है। एक बार तुहानू फिर तो बहुत बहुत मुबारक हैं क्योंकि तुसी इड्डे हिस्टोरिकल वड्डे प्रोजेक्ट का हिस्सा बने हो एंड तुहानू आने वाले प्रोजेक्ट्स लिए भी बहुत बहुत बेस्ट विशेज। थैंक यू सो मच। थैंक यू जी बहुत बहुत धन्यवाद।